रहमानुर्रहीम सल्लल्लाहु अलैहि वसल्लम एक नए मैच के साथ मानी बाट बाट स्पोर्ट्स के साथ आपकी खिदमत में हाजिर है। आज हम जा रहे हैं जी सुहावा सुपर थ्री टूर्नामेंट के लिए। सुहावा जा रहे हैं अभी पसनूर से, हम गाड़ी पे बैठने लगे हैं जनाब, पिंडी वाली गाड़ी, एसी वाली कोस्टर है उस पर बैठने लगे हैं। इधर इधर इतना जी भाई, और ये मुझे छोड़ने आ रहे हैं मेरे छोटे भाई जनाब नवाज शरीफ भट्ट आल मशहूर नाजी। नाजी भाई क्या हाल है जी? अल्हम्दुलिल्लाह ठीक ठाक जी। जी जी मैं लेट हो गया था खाना खाने की वजह से, तो मैंने कहा जल्दी जल्दी मुझे नाजी छोड़ आए, तो मुझे छोड़ने आया जी बस स्टॉप पर। जैसे हम बैठेंगे गाड़ी पर, आगे जहाँ जहाँ पहुँचते जाते हैं आपको अपडेट करते जाते हैं। ਸੰਬੜੇਵਾਲ ਅਸੀਂ ਪਹੁੰਚ ਚੁੱਕੇ ਹਾਂ, ਸੰਬੜੇਵਾਲ ਚੌਂਕ 'ਚ ਅਸੀਂ ਖੜ੍ਹੇ ਹਾਂ, ਇੱਥੋਂ ਅਸੀਂ ਪਵਾਂਗੇ ਪਿੰਡੀ ਵਾਲੀ ਗੱਡੀ ਅਤੇ ਸੁਹਾਵਾ ਉਤਰਾਂਗੇ। ਇਹ ਸੰਬੜੇਵਾਲ ਚੌਂਕ ਦਾ ਮੰਜ਼ਰ ਦੇਖ ਸਕਦੇ ਹੋ, ਸੰਬੜੇਵਾਲ ਚੌਂਕ ਅਸੀਂ ਖੜ੍ਹੇ ਜਾਂਦੇ ਹਾਂ ਅਸੀਂ ਬੱਸ ਸਟਾਪ ਦੀ ਤਰਫ, ਪਵਾਂਗੇ ਇਨਸ਼ਾਅੱਲਾ ਗੱਡੀ ਦੇ ਅਤੇ ਪਹੁੰਚਾਂਗੇ ਸੁਹਾਵਾ। ਕਾਫੀ ਜ਼ਿਆਦਾ ਰਸ਼ ਹੈ, ਟ੍ਰੈਫਿਕ ਕਾਫੀ ਜ਼ਿਆਦਾ, ਟ੍ਰੈਫਿਕ ਬੜੀ ਸ਼ਦੀਦ ਜਿਹੜੀ ਹੈ ਨਾ ਉਹ ਜੈਮ ਹੈ, ਅਤੇ ਉਹਦੀ ਵਜ੍ਹਾ ਨਾਲ ਅਸੀਂ ਸਰਵਿਸ ਰੋਡ 'ਤੇ ਜਾ ਰਹੇ ਹਾਂ। ਇੱਥੇ ਵੀ ਬਿਲਕੁਲ ਬੰਬਰ ਦੇ ਨਾਲ ਬੰਬਰ ਟ੍ਰੈਫਿਕ ਜਾਮ। ਆਏ ਹਾਂ ਜਨਾਬ, ਪਹੁੰਚੇ ਹਾਂ ਸਰਾਏ ਆਲਮਗੀਰ। ਇੱਥੇ ਗੱਡੀ ਥੋੜ੍ਹੀ ਦੇਰ ਵਾਸਤੇ ਖਲੋਏਗੀ, ਰਿਫਰੈਸ਼ਮੈਂਟ ਕਰਾਂਗੇ ਥੋੜ੍ਹੀ ਜਿਹੀ, ਫਿਰ ਇੱਥੋਂ ਨਿਕਲਾਂਗੇ ਅੱਗੇ। ਸਰਾਏ ਆਲਮਗੀਰ ਪਹੁੰਚ ਚੁੱਕੇ ਹਾਂ, ਨੂਰੇ ਮਦੀਨਾ ਰੈਸਟੋਰੈਂਟ 'ਤੇ ਤੁਸੀਂ ਚੈੱਕ ਕਰ ਸਕਦੇ ਹੋ, ਉੱਤੇ ਨੂਰੇ ਮਦੀਨਾ ਰੈਸਟੋਰੈਂਟ ਸਰਾਏ ਆਲਮਗੀਰ ਅਸੀਂ ਪਹੁੰਚ ਚੁੱਕੇ ਹਾਂ।